ਕੋਟਲਾਨੀ ਗੌਰਮੈਂਟ ਕਾਲਜ ਫਾਰ ਵੂਮੈਨ ਵੱਲੋਂ ਜਿਹੜਾ ਆਪਣਾ ਕਨਵੋਕੇਸ਼ਨ ਫੰਕਸ਼ਨ ਜਿਹੜਾ ਹੋਲਡ ਕਰ ਰਹੀ ਸੀ। ਸੋ ਅੱਜ ਉਹਨਾਂ ਬੱਚਿਆਂ ਨੂੰ ਜਿਹਨਾਂ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ ਆ, ਜਿਨ੍ਹਾਂ ਨੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਆਪਣੀਆਂ ਅੱਜ ਡਿਗਰੀਆਂ ਲਈਆਂ ਨੇ, ਮੈਂ ਉਹਨਾਂ ਬੱਚਿਆਂ ਨੂੰ ਮੁਬਾਰਕਬਾਦ ਵੀ ਦਿੰਦਾ। ਸੋ ਉਸਦੇ ਨਾਲ ਨਾਲ ਮੈਂ ਸਮਝਦਾ ਜਿਹੜੇ ਸਟੂਡੈਂਟਸ ਜਿਹੜੇ ਮਿਹਨਤ ਕਰਦੇ ਨੇ ਆਪਣੀ ਲਾਈਫ 'ਚ ਉਹ ਕਾਮਯਾਬ ਰਹਿੰਦੇ ਨੇ। ਸੋ ਇਹਨਾਂ ਸਟੂਡੈਂਟਸ ਨੂੰ ਹੀ ਇਹਨਾਂ 'ਚੋਂ ਹੀ ਕਿਸੇ ਨੇ ਬੜੇ ਬੜੇ ਕੰਪੀਟੀਸ਼ਨ 'ਚ ਜਾਣਾ, ਚਾਹੇ ਉਹ IAS ਦਾ, ਚਾਹੇ ਉਹ IPS ਦਾ, ਚਾਹੇ ਇਹਨਾਂ ਬੱਚਿਆਂ 'ਚੋਂ ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਇੰਜੀਨੀਅਰ ਬਣਨਾ। ਸੋ ਖਾਸ ਕਰਕੇ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਬੜੀਆਂ ਆਸਾਂ ਉਮੀਦਾਂ ਹੁੰਦੀਆਂ ਨੇ। ਸੋ ਜਿਹੜੇ ਬੱਚੇ ਮਿਹਨਤ ਕਰਦੇ ਨੇ ਉਹ ਬੱਚੇ ਕਿਸੇ ਨਾ ਕਿਸੇ ਮੁਕਾਮ 'ਤੇ ਇੱਕ ਦਿਨ ਜ਼ਰੂਰ ਪਹੁੰਚਦੇ ਨੇ। ਮੈਂ ਆਪਣੇ ਫੰਡ ਤੋਂ 11 ਲੱਖ ਰੁਪਈਆ ਇਹਨਾਂ ਨੂੰ ਦੇਣ ਦਾ ਐਲਾਨ ਵੀ ਕੀਤਾ, ਰਿਪੇਅਰ ਵਾਸਤੇ, ਕਮਰੇ ਵਾਸਤੇ। ਸੋ ਹੋਰ ਵੀ ਜੋ ਕਹਿਣਗੇ ਉਹ ਅਸੀਂ CM ਸਾਹਿਬ ਨੂੰ ਕਹਿ ਕੇ ਇੱਥੇ ਜ਼ਰੂਰ ਕਰਾਵਾਂਗੇ। ਅਸੀਂ ਵੇਖਿਆ ਸਾਡਾ ਜਿਹੜਾ +2 ਦਾ ਰਿਜ਼ਲਟ ਆ ਉਹ 50% ਦੇ ਕਰੀਬ ਆਇਆ, ਜੋ ਵਾਸਤੇ ਕੱਲ੍ਹ ਹੀ CM ਸਾਹਿਬ ਕਹਿ ਰਹੇ ਸੀ, ਉਹਨਾਂ ਮੀਟਿੰਗ ਯੂਨੀਅਨ ਆਈ ਸੀ, ਯੂਨੀਅਨ ਦੀ ਮੀਟਿੰਗ ਸੀ, ਨਾਲ ਸਾਡੇ ਅਫਸਰ ਸਮਾਨ ਸੀ, ਉਹਨਾਂ ਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਮਨ 'ਚ, ਕਿਉਂਕਿ ਉਹਨਾਂ ਦੀ ਸੋਚ ਜਿਹੜੀ ਉਹ ਐਜੂਕੇਸ਼ਨ ਪ੍ਰਤੀ ਹੈ CM ਸਾਹਿਬ ਦੀ ਅਤੇ ਹੈਲਥ ਪ੍ਰਤੀ ਹੈ। ਜਿੰਨਾ ਚਿਰ ਐਜੂਕੇਸ਼ਨ ਠੀਕ ਨਹੀਂ, ਜਿੰਨਾ ਚਿਰ ਸਾਡੇ ਨੌਜਵਾਨਾਂ ਦੀ ਹੈਲਥ ਠੀਕ ਨਹੀਂ, ਉਹਨਾਂ ਚਿਰ ਵੀ ਸਿਸਟਮ ਠੀਕ ਨਹੀਂ। ਸੋ ਸਾਨੂੰ ਇਸ ਗੱਲ ਦਾ ਪਤਾ ਕਿ ਸਾਡਾ ਰਿਜ਼ਲਟ ਜਿਹੜਾ ਉਹ ਠੀਕ ਨਹੀਂ ਆਇਆ। ਮੈਨੂੰ ਅਜੇ 3-4 ਦਿਨ ਹੀ ਹੋਏ ਨੇ ਚਾਰਜ ਲਿਆ ਨੂੰ ਬਤੌਰ ਐਜੂਕੇਸ਼ਨ ਮਿਨਿਸਟਰ। ਸੋ ਅਸੀਂ ਇਹਨੂੰ ਸਾਰਾ ਠੀਕ ਕਰਾਂਗੇ, ਅਗਲੀ ਵਾਰ ਤੁਸੀਂ ਵੇਖੋ ਸਾਡਾ ਫਿਰ 90% ਰਿਜ਼ਲਟ ਆਊਗਾ। ਕਈ ਤਰ੍ਹਾਂ ਦੀਆਂ ਇਹਦੇ 'ਚ ਮੁਸ਼ਕਲਾਂ ਹੁੰਦੀਆਂ ਨੇ, ਕਈ ਵਾਰ ਟੀਚਰਾਂ ਨੂੰ ਕੋਈ ਮੁਸ਼ਕਲਾਂ ਆ ਜਾਂਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ। ਕੱਲ੍ਹ ਵੀ ਸਾਡੇ CM ਸਾਹਿਬ ਦੀ ਯੂਨੀਅਨ ਵਾਲਿਆਂ ਨਾਲ ਮੀਟਿੰਗ ਸੀ, ਮੈਂ ਵੀ ਉੱਥੇ ਸੀ। ਸੋ ਸਾਡੀ ਕੱਲ੍ਹ ਮੀਟਿੰਗ ਹੋਈ ਆ ਯੂਨੀਅਨ ਵਾਲਿਆਂ ਨਾਲ, ਅਸੀਂ ਉਹਨਾਂ ਨੂੰ ਵਿਵਾਦ ਦਵਾਇਆ ਕਿ ਜਿਹੜੀਆਂ ਤੁਹਾਡੀਆਂ ਡਿਮਾਂਡਸ ਨੇ ਉਹਦੇ ਬਾਰੇ ਆ ਕੋਰਟ ਲੱਗ ਗਿਆ। ਸੋ ਜਿਹੜੀਆਂ ਡਿਮਾਂਡਸ ਉਹਨਾਂ ਦੀਆਂ ਨੇ, ਜਿਹੜੀਆਂ ਜਾਇਜ਼ ਡਿਮਾਂਡਸ ਨੇ, ਅਸੀਂ ਸਾਰੀਆਂ ਉਹਨਾਂ ਦੀਆਂ ਸਾਰਾ ਸਿਸਟਮ ਠੀਕ ਕਰ ਦੇਣਾ CM ਸਾਹਿਬ ਨੇ। ਕੋਈ ਆਪਣੀ ਡਿਮਾਂਡਸ ਉਹਨਾਂ ਦੀ ਜਿਹੜੀ ਜਾਇਜ਼ ਆ ਉਹ ਅਸੀਂ ਰਹਿਣ ਨਹੀਂ ਦੇਣੀ। ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਆ ਟੀਚਰ ਸਭਾ ਨੇ ਕਿ ਤੁਸੀਂ ਆ ਧਰਨੇ ਧੁਰਨੇ ਛੱਡ ਦਿਓ, ਇੱਕ ਤਾਂ ਟਾਈਮ ਵੇਸਟ, ਇੱਕ ਬੱਚਿਆਂ ਦੀ ਐਜੂਕੇਸ਼ਨ ਦਾ ਨੁਕਸਾਨ। ਇਹ ਸਿਸਟਮ ਜਿਹੜਾ ਧਰਨ ਵਾਲਾ ਧਰਨਿਆਂ ਦਾ ਉਹ ਅਸੀਂ ਹੁਣ ਹੋਣ ਨਹੀਂ ਦੇਣਾ। ਜਿੰਨਾ ਚਿਰ ਮੇਰੇ ਕੋਲ ਸੇਵਾ ਉਹ ਤਾਂ ਮੈਂ ਸਮਝਦਾ ਵੀ ਅਸੀਂ ਇਹਨਾਂ ਨੂੰ ਵੀ ਨਾਲ ਟੀਚਰ ਸਭਾ ਨੂੰ ਵੀ ਨਾਲ ਲੈ ਕੇ ਚੱਲਣਾ, ਕਿਉਂਕਿ ਇਹਨਾਂ ਨੂੰ ਜਿਹੜੀ ਕੋਈ ਸੈਲਰੀ, ਕੋਈ ਕਹਿ ਰਹੇ ਸਾਡੀ ਸੈਲਰੀ ਲੇਟ ਹੋ ਗਈ, ਜਾਂ ਜਿਹੜੇ ਕੋਈ ਅਸੀਂ ਭਰਤੀ ਕੀਤੇ ਸੀ ਪਿੱਛੇ ਟੀਚਰ, 6,000 ਰੁਪਈਆ ਉਹਨਾਂ ਨੂੰ ਸੈਲਰੀ ਮਿਲ ਰਹੀ ਹੈ, ਬਹੁਤ ਥੋੜ੍ਹੀ ਹੈ, ਇਹਦੇ ਨਾਲ ਵੀ ਘਰ ਨਹੀਂ ਚੱਲਦਾ। ਸੋ ਸਾਰੇ ਬੰਨੇ ਸੋਚਣ ਦੀ ਲੋੜ ਹੈ। ਸੋ ਸਾਰੇ ਬੰਨੇ ਸੋਚ ਕੇ ਸਾਰਾ ਅਸੀਂ ਠੀਕ ਫੈਸਲਾ ਕਰਾਂਗੇ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਜਾਣੀ।